अस्सलाम वालेकुम जी, मैं थोड़ा अपना होस्ट बाबा जी, सेव हिस्टोरिकल प्लेसेस ऑफ पाकिस्तान, सेव गुरुद्वारा एंड टेंपल्स ऑफ पाकिस्तान, पाकिस्तान हेरिटेज क्लब। सेव हिस्टोरिकल प्लेसेस ऑफ पाकिस्तान नू लेके आज मैं पहुंचा टिल्ला जोगियां। टिल्ला जोगियां दा ओ खास स्थान जिहड़ा कि पहचान है सिख मत दा और पहली पातशाही दा, गुरद्वारा श्री पहली पातशाही, गुरद्वारा बाल गंदाई भी कहा जाता है। ਇਹ ਉਹ ਪਾਕ ਧਰਤੀ ਹੈ, ਉਹ ਪਾਕਿਸਤਾਨ ਹੈ ਜਿੱਥੇ ਪਹਿਲੇ ਪਾਤਸ਼ਾਹ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਇਸ ਜਗ੍ਹਾ 'ਤੇ ਛੂਏ। ਇਹ ਨਜ਼ਦੀਕ ਹੀ ਕੁਛ ਬਣੀ ਹੋਈ ਆਬਾਦੀ ਹੈ, ਇਹ ਕੁਛ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਿਸੇ ਇੱਕ ਪਿੰਡ ਦੇ ਵਿੱਚ ਆ ਕੇ ਜਿਹੜੇ ਸੀ ਪਹਿਲੇ ਪਾਤਸ਼ਾਹੀ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਦੇ ਚਰਨ ਇਸ ਜਗ੍ਹਾ ਨੂੰ ਛੂਏ ਆ ਕੇ ਔਰ ਇਸ ਜਗ੍ਹਾ 'ਤੇ ਆ ਕੇ ਠਹਿਰੇ। ਜਦੋਂ ਉਸ ਵੇਲੇ ਜਿਹੜੇ ਨਾਥਪੰਥੀ ਦੇ ਜਿਹੜੇ ਗੁਰੂ ਸਨ ਉਹ ਇੱਥੇ ਆਪਣੇ ਜਿਹੜੇ ਡੇਰਾ ਲਾ ਕੇ ਬੈਠੇ ਹੋਏ ਸਨ ਔਰ ਗਿਆਨ ਕਰ ਰਹੇ ਸੀ। ਸਭ ਤੋਂ ਉਤਲੀ ਚੋਟੀ ਹੈ ਜਿਹਨੂੰ ਕਿ ਟਿੱਲਾ ਬਾਲ ਗੰਦਾਈ ਕਿਹਾ ਜਾਂਦਾ। ਮੈਂ ਕਹਿੰਦਾ ਵਾਂ ਕਿ ਮੈਂ ਆਪਣੀ ਟੇਰ ਰਿਸਰਚ ਦੇ ਵਿੱਚੋਂ ਅੱਜ ਮੈਂ ਜਿਹੜੀ ਜਗ੍ਹਾ 'ਤੇ ਪਹੁੰਚਿਆ ਵਾਂ ਵਾਕਈ ਹੀ ਟੋਟਲੀ ਡਿਫਰੈਂਟ ਹੈ ਔਰ ਪਾਕਿਸਤਾਨ ਦੇ ਸ਼ਾਇਦ ਮੇ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਟਿੱਲਾ ਬਾਲ ਗੰਦਾਈ ਜਿਹੜਾ ਬਿਲਕੁਲ ਟਿੱਲਾ ਜੋਗੀਆਂ ਦੇ ਨਾਲ ਹੈ। ਟਿੱਲਾ ਬਾਲਕ ਨਾਥ, ਟਿੱਲਾ ਗੋਰਖ ਨਾਥ, ਟਿੱਲਾ ਮਛੰਦ ਨਾਥ ਔਰ ਟਿੱਲਾ ਬਾਬਾ ਗੁਰੂ ਨਾਨਕ ਸਾਹਿਬ, ਤਮਾਮ ਦੇ ਨਾਲ ਵਬਸਤਾ ਇਹ ਟਿੱਲਾ ਜਿਹੜਾ ਹੈ, ਇਹਦੀ ਚੋਟੀ ਜਿਹੜੀ ਹੈ ਟਿੱਲਾ ਬਾਲ ਗੰਦਾਈ 'ਤੇ ਆ ਕੇ ਖਤਮ ਹੁੰਦੀ ਹੈ। ਇਹੀ ਉਹ ਪਲੇਸ ਹੈ ਜਿੱਥੇ ਆ ਕੇ ਬਾਬਾ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ ਜਿਹੜੇ ਨਾਥਪੰਥੀ ਸਨ ਉਹਨਾਂ ਦੇ ਨਾਲ ਇੱਥੇ ਬੈਠ ਕੇ ਥੋੜ੍ਹੇ ਜਿਹੇ ਡਾਇਲੋਗਸ ਕੀਤੇ ਸਨ ਔਰ ਬਾਣੀ ਦਾ ਇੱਕ ਪਾਠ ਜਿਹੜਾ ਸੀ ਇੱਥੇ ਬੈਠ ਕੇ ਲਿਖਿਆ ਗਿਆ। ਇਹ ਉਹੀ ਜਗ੍ਹਾ ਹੈ ਜਿੱਥੇ ਬਾਣੀ ਦੇ ਸ਼ਬਦ ਲਿਖੇ ਗਏ ਸਨ। ਪਿੱਛੇ ਉਹ ਸਾਹਮਣੇ ਤੁਸੀਂ ਦੇਖੋ, ਹਾਰਡਲੀ ਇੱਥੋਂ ਕੋਈ 500 ਮੀਟਰ ਦੇ ਫਾਸਲੇ ਦੇ ਉੱਤੇ ਸਾਹਮਣੇ ਅਸਥਾਨ ਜਿਹੜੇ ਨੇ ਨੌ ਨਾਥਾਂ ਦੇ ਅਸਥਾਨ, ਨੌ ਨਾਥੋਂ ਕੇ ਉਹ ਜਗ੍ਹਾ ਜਿਹੜੀ ਹੈ ਉਹ ਮੌਜੂਦ ਹੈ। ਫਿਰ ਉਹਦੇ ਨਾਲ ਤੁਸੀਂ ਦੇਖੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਾਰਾ ਕੁਛ ਨਜ਼ਰ ਆਏਗਾ। ਸ਼ਾਇਦ ਕਿ ਤੁਸੀਂ ਅਗਰ ਇਸ ਚੋਟੀ 'ਤੇ ਨਹੀਂ ਆਓਗੇ ਤਾਂ ਤੁਹਾਨੂੰ ਉਹ ਬਿਲਕੁਲ ਨਹੀਂ ਪਤਾ ਚੱਲੇਗਾ ਕਿ ਇਹ ਚੀਜ਼ਾਂ ਇੱਥੇ ਅਵੇਲੇਬਲ ਹੈ ਵੀ ਨੇ ਕਿ ਨਹੀਂ ਹੈ। ਹਿਕਮਤ ਨਾਲ ਭਰਿਆ ਹੋਇਆ ਟਿੱਲਾ ਜੋਗੀਆਂ, ਜਿਹਦੀ ਕਿ ਮਿਸਾਲ ਜਿਹੜੀ ਹੈ ਜਗ੍ਹਾ ਜਗ੍ਹਾ ਕਿਤਾਬਾਂ 'ਚ ਮਿਲਦੀ ਹੈ ਕਿ ਨਾਥਪੰਥੀ ਲੋਕ ਔਰ ਯੋਗੀ ਲੋਕ ਜਿਹੜੇ ਨੇ ਇਸ ਵਾਸਤੇ ਨਹੀਂ ਸੀ ਇੱਥੇ ਆਉਂਦੇ ਕਿ ਖਾਲੀ ਗਿਆਨ ਲਿਆ ਜਾਵੇ। ਇੱਥੇ ਮਿਲਦੇ ਸਨ ਮੈਡੀਸਨਲ ਪਲਾਂਟਸ, ਇੱਥੇ ਮਿਲਦੀਆਂ ਸਨ ਹਰਬਸ, ਇੱਥੇ ਮਿਲਦਾ ਸੀ ਯੋਗ, ਯੋਗ ਔਰ ਸੰਨਿਆਸੀਆਂ ਦੀ ਸਲਾਨਾ ਬੈਠਕ ਹੁੰਦੀ ਸੀ ਇੱਥੇ। ਜਿਹੜਾ ਜੋਗੀ ਸਾਲ ਦੇ ਵਿੱਚ ਇੱਕ ਵਾਰੀ ਇੱਥੇ ਨਹੀਂ ਸੀ ਆਉਂਦਾ ਉਹਦੀ ਯੋਗ ਮੁਕੰਮਲ ਨਹੀਂ ਸੀ ਹੁੰਦੀ, ਜਾਂ ਤਾਂ ਉਹਦੀ ਯੋਗ ਨੂੰ ਕਹਿੰਦੇ ਨੇ ਕਿ ਉਹਦੀ ਯੋਗ ਖਤਮ ਹੋ ਜਾਂਦੀ ਸੀ। ਇਹ ਪਿੱਛੇ ਸ਼ਿਕਸਤਾ ਹਾਲ, ਇਹ ਛੋਟੀ ਜਿਹੀ ਜਿਹੜੀ ਤੁਹਾਨੂੰ ਜਗ੍ਹਾ ਨਜ਼ਰ ਆ ਰਹੀ ਹੈ ਦੇਖਣ 'ਚ ਬਹੁਤ ਛੋਟੀ ਹੈ, ਲੇਕਿਨ ਅਗਰ ਇਸ ਅਸਥਾਨ ਦੀ ਤੁਸੀਂ ਵੈਲਿਊ ਦੇਖੋ ਤਾਂ ਉਹ ਬਹੁਤ ਵੱਡੀ ਹੈ। ਇਨਸਾਨ ਕੀ ਕੁਛ ਸੋਚਦਾ ਹੈ, ਕੀ ਕੁਛ ਕਰਦਾ ਹੈ, ਲੇਕਿਨ ਉਹਦੇ ਜਿਹੜੇ ਨੇ ਉਹ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਨਹੀਂ ਹੋ ਪਾਉਂਦੀਆਂ, ਉਹ ਜੋ ਕੁਛ ਚਾਹੁੰਦਾ ਹੈ ਉਸ ਤਰੀਕੇ ਨਾਲ ਕਰ ਨਹੀਂ ਪਾਉਂਦਾ। ਇਸ ਛੋਟੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਗੁਰੂ ਗੱਦੀ ਦੀ ਜਿਹੜੀ ਸੇਵਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਬਹੁਤ ਪਿਆਰੇ ਵਿਊ ਨੇ, ਬਹੁਤ ਹੀ ਖੂਬਸੂਰਤ ਲੈਂਡਸਕੇਪ ਇੱਥੇ ਦਾ, ਇੱਥੋਂ ਸਾਰੀਆਂ ਸਰਾਂ, ਇੱਥੋਂ ਸਾਰੇ ਪਾਣੀ ਦੀਆਂ ਬੰਨਾਂ ਔਰ ਇਸ ਜਗ੍ਹਾ ਤੋਂ ਹੀ ਤੁਹਾਨੂੰ ਪੂਰੇ ਚਾਰੋਂ ਪਾਸੇ ਨੌਰਥ, ਵੈਸਟ ਔਰ ਈਸਟ ਦਾ ਜਿਹੜਾ ਨਜ਼ਾਰਾ ਇਸ ਟਿੱਲੇ ਦੇ ਉੱਤੋਂ ਚੜ੍ਹ ਕੇ ਕੀਤਾ ਜਾ ਸਕਦਾ। ਅਗਰ ਕੋਈ ਹਮਲਾਵਰ ਆ ਰਿਹਾ ਤਾਂ ਵੀ ਇੱਥੋਂ ਪਤਾ ਚੱਲਦਾ ਸੀ, ਅਗਰ ਕੋਈ ਵੈਸਟ ਵਾਲੀ ਸਾਈਡ ਤੋਂ ਆਉਂਦਾ ਸੀ ਤਾਂ ਵੀ ਪਤਾ ਚੱਲਦਾ ਸੀ। ਇਸ ਵਾਸਤੇ ਇਸ ਜਗ੍ਹਾ ਦੀ ਜਿਹੜੀ ਅਹਿਮੀਅਤ ਹੈ ਉਹ ਪ੍ਰੋਟੈਕਸ਼ਨ ਦੇ ਹਵਾਲੇ ਨਾਲ, ਸੈਲਫ ਡਿਫੈਂਸ ਦੇ ਹਵਾਲੇ ਦੇ ਨਾਲ ਵੀ ਜਿਹੜਾ ਇਸ ਚੀਜ਼ ਨੂੰ ਬਹੁਤ ਗਹਿਰੇ ਤਰੀਕੇ ਨਾਲ ਜੋੜਿਆ ਜਾਂਦਾ। ਅੱਜ ਮੈਂ ਇੱਥੇ ਪਹੁੰਚਿਆ ਆਪਣੇ ਦੋਸਤਾਂ ਦੇ ਨਾਲ, ਮਿਰਜ਼ਾ ਸਫਦਰ ਬੇਗ ਸਾਹਿਬ ਔਰ ਉਹਨਾਂ ਦੇ ਨਾਲ ਪਾਕਿਸਤਾਨ ਹੈਰੀਟੇਜ ਕਲੱਬ ਦੇ ਨਾਲ। ਅੱਜ ਕੁਛ ਲੋਕ ਜਿਹੜੇ ਨੇ ਇੱਥੇ ਆਏ ਨੇ ਜੋ ਲੋਕ ਹਿਸਟਰੀ ਦੇ ਖੋਜ ਦੇ ਵਿੱਚ ਇੰਟਰਸਟਿਡ ਨੇ। ਇਕਰਾਮ ਹੁਸੈਨ ਰੋਹਤਾਸ, ਮੁਹੰਮਦ ਬੂਟਾ ਕਸਿਆਲ, ਮੀਆਂ ਇਖਲਾਕ ਜੇਲਮ ਜੀ, ਬਸ਼ਰ ਮੁਮਤਾਜ਼ ਜੇਲਮ ਔਰ ਮੇਰੇ ਨਾਲ ਨੇ ਇਸ ਵੇਲੇ ਬੈਕ ਸਕਰੀਨ 'ਤੇ ਮਿਰਜ਼ਾ ਬੇਗ ਸਾਹਿਬ। ਮਿਰਜ਼ਾ ਬੇਗ ਸਾਹਿਬ, ਥੋੜ੍ਹਾ ਜਿੰਨਾ ਟਿੱਲਾ ਬਾਲ ਗੁੰਦਾਈ ਦੇ ਮੁਤਲਕ ਜਿਹੜਾ ਤੁਸੀਂ ਲੋ ਪਾਉਣਾ। ਹਾਂਜੀ, ਟਿੱਲਾ ਬਾਲ ਗੁੰਦਾਈ ਇੱਕ ਐਸੀ ਜਗ੍ਹਾ ਹੈ ਖਾਸ ਤੌਰ 'ਤੇ ਸਿੱਖ ਮਜ਼ਹਬ ਔਰ ਸਿੱਖ ਧਰਮ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਗਰ ਅਸੀਂ ਦੇਖੀਏ ਗੁਰੂ ਨਾਨਕ ਜੀ ਦੀ ਜ਼ਿੰਦਗੀ ਦੇ ਬਾਰੇ ਜਿਹੜੇ ਮੁਖਤਲਿਫ ਸਾਨੂੰ ਐਵੀਡੈਂਸ ਮਿਲਦੇ ਨੇ, ਮੁਖਤਲਿਫ ਸਬੂਤ ਮਿਲਦੇ ਨੇ, ਜਾਂ ਜਨਮ ਸਾਖੀ ਅਗਰ ਉਹਨਾਂ ਦਾ ਮੁਤਾਲਾ ਕਰੀਏ ਤਾਂ ਸਾਨੂੰ ਪਤਾ ਚੱਲਦਾ ਗੁਰੂ ਨਾਨਕ ਜੀ ਜਦੋਂ
ਸਫ਼ਰ 'ਤੇ ਨਿਕਲਦੇ ਨੇ, ਮੱਕਾ ਵੀ ਜਾਂਦੇ ਨੇ, ਬਗਦਾਦ ਵੀ ਜਾਂਦੇ ਨੇ, ਵਾਪਸੀ ਦਾ ਜਿਹੜਾ ਉਹਨਾਂ ਦਾ ਸਫ਼ਰ ਹੈ ਕਾਬਲ ਦੇ ਰਸਤੇ, ਉਹ ਰਸਤਾ ਜਿਹੜਾ ਉਹ ਉਹਨਾਂ ਦਾ ਇੱਥੇ ਆ ਕੇ ਕਿਸੇ ਗ੍ਰਾਂ ਦੇ ਵਿੱਚ ਖਤਮ ਹੁੰਦਾ ਹੈ। ਅੱਛਾ, ਜਦੋਂ ਇੱਥੇ ਆ ਕੇ ਖਤਮ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਗੁਰੂ ਇੱਥੇ ਜਿਹੜਾ ਜਿਹੜੇ ਜੋਗੀਆਂ ਦਾ ਗੁਰੂ ਸੀ ਉਹਨੂੰ ਪਤਾ ਚੱਲਿਆ ਕਿ ਅੱਲਾਹ ਦਾ ਕੋਈ ਨੇਕ ਬੰਦਾ, ਕੋਈ ਬਜ਼ੁਰਗ ਆਇਆ, ਉਹਨੇ ਆਪਣੇ ਚੇਲੇ ਭੇਜੇ ਕਿ ਜਾਓ ਉਹਨਾਂ ਨੂੰ ਲੈ ਕੇ ਆਓ। ਉਹਨਾਂ ਨੂੰ ਉਹ ਲੈਣ ਗਏ ਤਾਂ ਫਿਰ ਗੁਰੂ ਨਾਨਕ ਜੀ ਇੱਥੇ ਤਸ਼ਰੀਫ ਲਾਏ। ਬਹੁਤ ਸਾਰੀ ਮੈਂ ਵਾਲ ਪੇਂਟਿੰਗਸ ਵੀ ਦੇਖੀ ਹੈ ਮੁਖਤਲਿਫ ਗੁਰਦੁਆਰਿਆਂ ਦੇ ਵਿੱਚ ਕਿ ਇੱਕ ਪਾਸੇ ਤਕੀਆ ਲੱਗਿਆ, ਗੁਰੂ ਨਾਨਕ ਜੀ ਬੈਠੇ ਨੇ, ਇੱਕ ਪਾਸੇ ਉਸ ਜ਼ਮਾਨੇ ਦਾ ਗੁਰੂਆਂ ਦਾ ਜਿਹੜਾ ਗੁਰੂ ਹੈ ਜੋਗੀਆਂ ਦਾ ਉਹ ਬੈਠੇ ਹੈ ਔਰ ਉਹਨਾਂ ਦੀ ਆਪਸ ਵਿੱਚ ਡਿਸਕਸ਼ਨ ਹੋ ਰਹੀ ਹੈ। ਮੈਂ ਗਰੁੱਪ ਦੇ ਵਿੱਚ ਪਿਆਰਾ ਨਨਕਾਣਾ ਸਾਹਿਬ ਦੇ ਵਿੱਚ ਵੀ ਉਹ ਪਿਕਚਰ ਸ਼ੇਅਰ ਕੀਤੀ ਸੀ, ਇਸ ਦੀ ਪਿਕਚਰ ਵੀ ਮੈਂ ਸ਼ੇਅਰ ਕੀਤੀ ਸੀ। ਮੈਂ ਅੱਜ ਤੋਂ, ਮੇਰਾ ਇਹ ਤਕਰੀਬਨ ਚੌਥਾ ਪੰਜਵਾਂ ਟੂਰ ਹੈ ਇਸ ਜਗ੍ਹਾ ਦਾ, ਟਿੱਲਾ ਜੋਗੀਆਂ ਦਾ। ਇਹ ਜਿਹੜਾ ਹਿੱਸਾ ਟੁੱਟਿਆ ਨਜ਼ਰ ਆ ਰਿਹਾ, ਇਹ ਕਾਫੀ ਹੱਦ ਤੱਕ ਉਸ ਵੇਲੇ ਥੋੜ੍ਹਾ ਟੁੱਟਿਆ ਸੀ, ਠੀਕ ਹੈ, ਐਂਟਰੈਂਸ ਇਸ ਦੀ ਇਸ ਪਾਸੇ ਮੈਂ ਥੋੜ੍ਹਾ ਟੁੱਟਿਆ ਸੀ, ਮਗਰ ਇੱਕ ਚੀਜ਼ ਟੁੱਟਣੇ ਦੇ ਨਾਲ ਨਾਲ, ਵਕਤ ਦੇ ਨਾਲ 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 ਇਹ ਬਹੁਤ ਸਾਰਾ ਟੁੱਟ ਗਿਆ। ਔਰ ਇਸ ਜਗ੍ਹਾ ਦੇ ਤੁਸੀਂ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਕਿ ਸਿੱਖ ਮਜ਼ਹਬ ਦੀ ਜਿਹੜੇ ਸਿੱਖ ਜਿਹੜੇ ਲੋਕ ਗੁਰੂ ਜਿਹੜੇ ਉਹ ਰੋਜ਼ ਆਪਣੀ ਕਿਤਾਬ ਦਾ ਮੁਤਾਲਾ ਕਰਦੇ, ਗ੍ਰੰਥ ਸਾਹਿਬ ਦਾ ਮੁਤਾਲਾ ਕਰਦੇ ਨੇ, ਉਸ ਵਿੱਚ ਇਸ ਦਾ ਬਾਕਾਇਦਾ ਜ਼ਿਕਰ ਹੈ ਔਰ ਉਹ ਬਾਣੀ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਜਿਹੜੀ ਗੁਰੂ ਜੀ ਨੇ ਇੱਥੇ ਜਿਹੜੇ ਡਾਇਲਾਗ ਹੋਏ ਗੁਰੂ ਜੋਗੀਆਂ ਦੇ ਗੁਰੂ ਦੇ ਨਾਲ, ਔਰ ਉਸਨੂੰ ਹੀ ਸਿੱਧ ਗੋਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਾਰਾ ਕਲਾਮ ਹੈ ਉਹ ਪੁੱਛਦਾ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਕਰਦੇ ਹੋ, ਉਹ ਫਿਰ ਗੁਰੂ ਜੀ ਉਹਨੂੰ ਸਾਰਾ ਦੱਸਦੇ ਨੇ ਮੈਂ ਕੌਣ ਹਾਂ, ਕੀ ਹਾਂ ਅਤੇ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕਿਸ ਪਾਸੇ ਜਾ ਰਹੇ ਹੋ ਅਤੇ ਤੁਹਾਨੂੰ ਕੀ ਕਰਨਾ ਚਾਹੀਦਾ। ਇਹ ਸਾਰੇ ਦਾ ਸਾਰਾ ਜਿਹੜਾ ਉਹਦੇ 'ਚ ਮੌਜੂਦ ਹੈ ਔਰ ਇੱਥੋਂ ਹੀ ਵਾਪਸੀ ਤਾਂ ਫਿਰ ਗੁਰੂ ਨਾਨਕ ਜੀ ਰੋਹਤਾਸ ਦੇ ਬਾਹਰ ਜਿਹੜਾ ਚੋਆ ਗੁਰੂ ਨਾਨਕ ਹੈ ਉੱਥੇ ਜਾ ਕੇ ਠਹਿਰੇ। ਗੱਲ ਹੋ ਰਹੀ ਹੈ ਇੱਕ ਓਨਕਾਰ ਦੇ ਪ੍ਰਚਾਰ ਦੀ, ਇੱਕ ਓਨਕਾਰ ਸਤਿਗੁਰ ਪ੍ਰਸਾਦ ਦੇ ਮੁਤਲਕ ਗੱਲ ਕਰ ਰਹੇ ਨੇ ਵੀਰ ਮਿਰਜ਼ਾ ਸਫਦਰ ਬੇਗ ਜੀ, ਕਿ ਇੱਕ ਅੱਲਾਹ ਤਾਲਾ ਦੀ ਵਾਦਾਨੀਅਤ ਗੋਡ ਇਜ਼ ਵਨ ਜਿਹੜਾ ਉਹਦਾ ਮੈਸੇਜ ਦੇਣ ਵਾਸਤੇ ਇਸ ਟਿੱਲੇ ਦੇ ਉੱਤੇ ਆਏ ਸੀ ਔਰ ਇੱਥੇ ਡਾਇਲੋਗ ਹੋਏ ਸਨ ਔਰ ਉਹ ਡਾਇਲੋਗਸ ਜਦੋਂ ਕਾਮਯਾਬ ਨਹੀਂ ਹੋਏ ਬਾਬਾ ਜੀ ਨੇ ਤਾਂ ਆਪਣਾ ਮੈਸੇਜ ਦੇ ਦਿੱਤਾ ਔਰ ਉਹ ਇੱਥੋਂ ਚਲੇ ਗਏ ਔਰ ਉਸ ਤੋਂ ਬਾਅਦ ਥੱਲੇ ਕਿਸ ਪਾਸੇ ਉਤਰੇ, ਇਹ ਦੇਖੋ ਇਹ ਜਗ੍ਹਾ ਇਸ ਜਗ੍ਹਾ ਦੇ ਉੱਤੇ ਇਹ ਬੈਕ ਸਾਈਡ ਦੇ ਉੱਤੇ ਇੱਕ ਛੋਟਾ ਗੁਰਦੁਆਰਾ ਬਣਿਆ ਹੋਇਆ ਜਿਹੜਾ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਉਹ ਸੇਵਾ ਔਰ ਬੜਾ ਪਿਆਰਾ ਉੱਤੇ ਖਰਬੂਜ਼ਾ ਜਿਹੜਾ ਉਹ ਬਣਿਆ ਹੋਇਆ ਉਹਦੇ ਉੱਤੇ ਔਰ ਤੁਸੀਂ ਦੇਖੋ ਕਿ ਇਹ ਰਸਤਾ ਕਿਸ ਤਰੀਕੇ ਨਾਲ ਇਸ ਸਦੀਆਂ ਪਹਿਲੇ ਦੇ ਵਸਾਏ ਹੋਏ ਆ, ਪਾਣੀ ਦੇ ਬੰਨ ਪਿੰਡ ਜਿਹੜੇ ਨੇ ਇਹ ਟੁਰਦੇ ਇਹ ਨਾਲਾ ਗਾਂ ਦੇ ਕਿਨਾਰੇ ਹੁੰਦੇ ਹੋਏ ਰੋਹਤਾਸ ਫੋਰਟ 'ਚ ਜਾ ਪਹੁੰਚਦੇ ਨੇ। ਅਗਰ ਇਹ ਜਿਸ ਸਾਈਡ 'ਤੇ ਮੇਰਾ ਕੈਮਰਾ, ਹੁਣ ਕੈਮਰੇ ਦੀ ਇੰਨੀ ਰੇਂਜ ਨਹੀਂ ਹੈ ਕਿ ਕੈਮਰਾ ਦਿਖਾ ਸਕੇ, ਲੇਕਿਨ ਇਹ ਜਿਹੜੀ ਏਰੀਏ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਜਗ੍ਹਾ ਦੇ ਕੋਲ ਹੀ ਰੋਹਤਾਸ ਫੋਰਟ ਹੈ। ਦੇਖੋ ਇਹ ਤੁਸੀਂ ਰੋਹਤਾਸ ਫੋਰਟ ਤੋਂ ਅਗਰ ਵੈਸਟ ਵਾਲੀ ਸਾਈਡ 'ਤੇ ਦੇਖੋ ਤਾਂ ਤੁਹਾਨੂੰ ਟਿੱਲਾ ਜੋਗੀਆਂ ਨਜ਼ਰ ਆਉਂਦਾ, ਟਿੱਲਾ ਜੋਗੀਆਂ ਦੀ ਫਿਰ ਅੱਗੋਂ ਵੈਸਟ ਵਾਲੀ ਸਾਈਡ 'ਤੇ ਤੁਸੀਂ ਦੇਖਦੇ ਹੋ ਮਜ਼ੀਦ ਤਾਂ ਤੁਹਾਨੂੰ ਟਿੱਲਾ ਬਾਲ ਗੁੰਦਾਈ ਨਜ਼ਰ ਆਉਂਦਾ। ਜਿਸ ਤਰ੍ਹਾਂ ਕਿ ਮਿਰਜ਼ਾ ਸਾਹਿਬ ਇਸ ਜਗ੍ਹਾ ਦੀ ਅਹਿਮੀਅਤ ਬਿਆਨ ਕਰਦੇ ਹੋਏ ਦੱਸ ਰਹੇ ਨੇ ਕਿ ਵੀ ਇੱਥੇ ਹੀ ਜਿਹੜੇ ਬਾਣੀ ਦੇ ਸ਼ਬਦ ਸਨ ਉਹ ਲਿਖੇ ਗਏ ਸਨ ਔਰ ਬਾਣੀ ਦਾ ਇੱਕ ਹਿੱਸਾ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਮੁਕੰਮਲ ਹੋਇਆ। ਔਰ ਉਸ ਤੋਂ ਇਲਾਵਾ ਮਿਰਜ਼ਾ ਸਾਹਿਬ ਤੁਸੀਂ ਮਜ਼ੀਦ ਇਸ ਚੀਜ਼ ਦੇ ਮੁਤਲਕ, ਟਿੱਲਾ ਬਾਲ ਗੁੰਦਾਈ ਦੇ ਮੁਤਲਕ ਤੁਸੀਂ, ਕਿਉਂਕਿ 4 ਵਾਰੀ ਵਿਜ਼ਿਟ ਕਰ ਚੁੱਕੇ ਹੋ ਔਰ ਮੇਰਾ ਸੈਕਿੰਡ ਹੈ। ਹਾਂਜੀ, ਇਸ ਦੇ ਇਲਾਵਾ ਇਹ ਹੈ ਕਿ ਟਿੱਲਾ ਜੋਗੀਆਂ ਦੇਖੋ ਬੁਨਿਆਦੀ ਤੌਰ 'ਤੇ ਇਹ ਤਾਂ ਅਸੀਂ ਦਰਮਿਆਨ ਵਾਲੀ ਹਿਸਟਰੀ ਪਕੜੀ ਹੈ ਕਿਉਂਕਿ ਖਾਸ ਗੁਰੂ ਨਾਨਕ ਜੀ ਦੇ ਹਵਾਲੇ ਨਾਲ। ਵੈਸੇ ਅਗਰ ਦੇਖਿਆ ਜਾਏ ਤਾਂ ਟਿੱਲੇ ਦੇ ਜਿਹੜੇ ਜੋਗੀ ਸਨ ਉਹਨਾਂ ਦਾ ਸਿਲਸਿਲਾ ਜਿਹੜਾ ਉਹ ਅਗਰ ਸਈਦ ਵਾਰਿਸ ਸ਼ਾਹ ਦੀ ਰੋਸ਼ਨੀ ਹੀਰ ਦੀ ਰੋਸ਼ਨੀ 'ਚ ਦੇਖੀਏ ਤਾਂ ਵਾਰਿਸ ਸ਼ਾਹ ਦੇ ਕਿ ਮਹਾਦੇਵ ਦੀ ਜੋਗ ਦਾ ਪੰਥ ਬਣਿਆ ਤਾਂ ਦੇਵਦੱਤ ਹੈ ਗੁਰੂ ਸੰਨਿਆਸੀਆਂ ਦਾ। ਯਾਨੀ ਮਹਾਦੇਵ ਜਿਹੜੇ ਹਿੰਦੂ ਮਜ਼ਹਬ ਦੀ ਤ੍ਰਿਮੂਰਤੀ ਦੇ ਵਿੱਚ ਇੱਕ ਬੜਾ ਬੜੇ ਗੋਡ ਦੀ ਹੈਸੀਅਤ ਰੱਖਦੇ ਨੇ, ਉਹਨਾਂ ਦੇ ਮੰਨਣ ਵਾਲਿਆਂ ਨੇ ਇਹ ਸਿਲਸਿਲਾ ਇਹ ਟਿੱਲਾ ਜੋਗੀਆਂ ਆਬਾਦ ਕੀਤਾ ਔਰ ਇੱਕ ਮੁਕੱਦਸ ਜਗ੍ਹਾ ਸੀ ਇੱਕ ਉਸ ਤੋਂ ਪਹਿਲਾਂ ਵੀ। ਦੂਸਰੀ ਚੀਜ਼, ਜਿਹੜੇ ਲੋਕ ਮੇਰੇ ਛੋਟੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਚੈਲੰਜ ਕਰਦੇ ਨੇ ਉਹਨਾਂ ਵਾਸਤੇ ਇਹ ਇੱਕ ਮੇਨ ਸੋਰਸ, ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ, ਛੋਟਾ ਗੁਰਦੁਆਰਾ ਸਾਹਿਬ ਜਿਹਦੇ 'ਚ ਸਿਰਫ 2 ਲੋਕਾਂ ਦੇ ਬੈਠਣ ਦੀ ਜਗ੍ਹਾ, ਉਸ ਤੋਂ ਜ਼ਿਆਦਾ ਵੱਡੇ ਲੋਕਾਂ ਬੈਠਣ ਦੀ ਜਗ੍ਹਾ ਨਹੀਂ ਹੈ ਔਰ ਇਸ ਦੀ ਸੇਵਾ ਕਰਵਾਉਂਦਾ ਕੌਣ? ਮਹਾਰਾਜਾ ਰਣਜੀਤ ਸਿੰਘ। ਇਹ ਇਸ ਚੀਜ਼ ਦੀ ਐਂਟਰੈਂਸ ਨਹੀਂ ਹੈ, ਉਹਦੀ ਅਸਲ ਐਂਟਰੈਂਸ ਜਿਹੜੀ ਹੈ ਇਹਦੇ ਅੰਦਰ ਲੱਗੀਆਂ ਹੋਈਆਂ ਜਿਹੜੀਆਂ ਟਾਇਲਾਂ ਸਨ, ਇਹ ਦੇਖੋ ਤੁਸੀਂ ਇਹ ਕੁਛ ਟਾਇਲਾਂ ਦੀ ਸੇਵਾ ਕੀਤੀ ਹੋਈ ਹੈ ਜਿਹੜੀ ਕਿ 1947 ਤੋਂ ਪਹਿਲੇ ਦੀ ਹੈ ਜਾਂ ਬਾਅਦ ਦੀ ਸੀ। ਇਹਦਾ ਅਸਲ ਅਸਥਾਨ ਦਾ ਜਿਹੜਾ
गेट सी वो इस साइड ते वे बिल्कुल छोटा गेट इत्थे जिन्ने भी स्थान ने उन्हां दे दरवाजे बूहे बहुत छोटे ने कि एक वक्त दे सिर्फ एक आदमी जिहड़ा वह भी चुक के गुजर सकता है थले बैठ के गुजरता है सीधा अंदर नहीं जा सकता एदी अगर साउथ वाली साइड ते तुसी देखदे हो डिफेंस पॉलिसी के हवाले दे नाल ते ए जगह दे उत्ते ए जा रहा है नाला बना और उसके पिछे जो रिवर जेलम जिहड़ा ए बह रहा है इस चीज़ की तो तुहानू पता कि बहुत ज़्यादा अहमियत है ऐसे ही पार्ट तो गुजर के अलैगजेंडर ने रिवर नू क्रॉस किया सी ऐसे ही जगह दे उत्तों अगर देखा जाए तो तमाम जिन्हें भी हमलावर जड़े आए ने दिल्ली तक जाके जिन्होंने कॉन्क्वेस्ट कीतियां वह सारे दे सारे जड़े ने वह इस जगह दे उत्तों आके इस जगह दे उत्ते नमर्द अबोज होए और उन्होंने आके कब्जा किया बहुत ही मज़ेदार और ए रस्ते गाह बगाह छोटिया छोटिया जड़िया गुफा ने वो मिलदियां ने छोटे छोटे तुहानू अस्थान मिलते हैं बैठते कमो बेश इस जगह के उत्ते अगर देखा जाए तो 40 तो 50 अस्थान ने बाद दे बने हुए जिन्हां दे विच बाद दे विच जड़े योगीज ने या जड़े नाथपंथी ने वो आके इत्थे बैठते होंदे सन अगर इस जगह नू जाके देखो तो ये पिछे जिहड़ी है कच्ची सर बन है फिर पक्की सर बन है फिर महाराजा रणजीत सिंह वाली जी बन है वह है और उत्ते जड़िया ने चार बन्ना तो उत्ते ने और पांच बन्ना थले ने टोटल 11 बन्ना ने दो बन्ना बाकी रह गई ने वो भी इंशाल्लाह असी लभ लवेंगे और तुसी देख रहे हो टिल्ला बाल गुंदाई गुरद्वारा श्री पहली पातशाही टिल्ला बाल गुंदाई और ए सामने नौ नाथां दा डेरा और बाबा गुरु नानक साहिब दा बैठक जड़ी सी जिथे सारे नाथां नाल बैठ के उन्होंने गलबात की सी तो फिर देखते रहो सेव हिस्टोरिकल प्लेसिस ऑफ पाकिस्तान सेव गुरुद्वारास एंड टेंपल्स ऑफ पाकिस्तान पंजाबी कल्चर एंड हेरिटेज पाकिस्तान हेरिटेज क्लब शाहिद शबीर फोटोग्राफी और ग्रुप है प्यारा ननकाना साहिब बहुत ही प्यारी जगह है मैं कहांगा संतां नूं कि अगर जिस बंदे नूं इत्थे दी रसाई है जो पाकिस्तान च रह रहियां ने संतां वो एक बार आके इस जगह दे दर्शन जरूर करन और इस जगह नूं आके देखन कि इहदी की खूबसूरती है और इहदी की अहमियत है इत्थे क्यों सारे नाथपंथी और बाबा गुरु नानक साहिब और उस तो बाद अगर देखा जाए तो अकबर बादशाह फिर जहांगीर आंदा है फिर अब्दाली भी आंदा है फिर रणजीत सिंह भी आंदा है शेर शाह सूरी ने इत्थे फैसला कीता सी कि भई मैं इस जगह दे उत्ते रोहतास फोर्ट की जिहड़ी पहली जगह मुख्तसस होई सी वह ए जगह चुनी गई सी कि ऐसे जगह दे उत्ते रोहतास फोर्ट नूं बनाया जाए फिर इस तों 25 किलोमीटर दूर जाके रोहतास फोर्ट नूं बनाया गया मैं हाँ तुहाड़ा अपना होस्ट बाबा जी और तुसी देख रहे हो टिल्ला जोगियां और टिल्ला बाल गुंदाई तो फिर देखते रहो सेव हिस्टोरिकल प्लेसिस ऑफ पाकिस्तान सेव गुरुद्वारास एंड टेंपल्स ऑफ पाकिस्तान